ਕੁਝ ਦਿਨ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਸਰਹੱਦ ਨੂੰ ਨੌਸ਼ਹਿਰਾ ਪਤਨ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਨੀਰ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਸੀ। ਗੁਰਦਾਸਪੁਰ ਨਾਲ ਸੰਬੰਧਿਤ ਮਾਂ ਦੁਰਗਾ ਡੈਅਰੀ ਵਿੱਚ ਇਹ ਪਨੀਰ ਤਿਆਰ ਕੀਤਾ ਗਿਆ ਸੀ। ਅਧਿਕਾਰੀਆਂ ਵੱਲੋਂ ਪਨੀਰ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ ਅਤੇ ਕਿਹਾ ਸੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਪਨੀਰ ਸ਼ੱਕੀ ਹੈ ਕਿਉਂਕਿ ਕੁਝ ਲੋਕ ਨਕਲੀ ਪਨੀਰ ਬਣਾ ਕੇ ਬਾਜ਼ਾਰ ਵਿੱਚ ਵੇਚ ਰਹੇ ਹਨ। ਮੀਡੀਆ ਵਿੱਚ ਇਹ ਖਬਰ ਆਉਣ ਤੋਂ ਬਾਅਦ ਅਧਿਕਾਰੀ ਦੀ ਕਾਫੀ ਤਾਰੀਫ ਹੋਈ, ਪਰ ਹੁਣ ਮਾਂ ਦੁਰਗਾ ਡੈਅਰੀ ਦੇ ਮਾਲਕ ਨੇ ਵੀ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ। ਉਸਨੇ ਕਿਹਾ ਕਿ ਮੀਡੀਆ ਵਿੱਚ ਉਸ ਵੱਲੋਂ ਬਣਾਏ ਪਨੀਰ ਨੂੰ ਨਕਲੀ ਦੱਸਦੇ ਹੋਏ ਖਬਰਾਂ ਆਈਆਂ ਹਨ ਜੋ ਕਿ ਬਿਲਕੁਲ ਗਲਤ ਹਨ। ਜਿਹੜਾ ਪਿਛਲੇ ਦਿਨਾਂ 'ਚ ਮੇਰਾ ਸੈਂਪਲ ਭਰੋਇਆ ਪਨੀਰ ਦਾ, ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ, ਜਿਹੜਾ ਇਹਦੇ 'ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ। ਮੈਂ ਬਹੁਤ ਇਸ ਤੋਂ ਖੁਸ਼ ਵੀ ਹਾਂ ਅਤੇ ਮੈਂ ਥੋੜ੍ਹਾ ਨਾਰਾਜ਼ ਵੀ ਹਾਂ। ਅਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਹਾਂ ਆਪਾਂ ਸਾਰਾ। ਐਕਚੁਲੀ ਸਰ, ਜਦੋਂ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ। ਮੇਰੇ ਤੋਂ 30 ਕਿਲੋਮੀਟਰ ਹੀ ਸਾਰਾ, ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ ਪਲਾਂਟ ਉੱਥੋਂ। ਮੈਨੂੰ ਫੋਨ ਕਰਦੇ, ਉੱਥੇ ਸੱਦ ਲੈਂਦੇ ਅਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ। ਹਾਂਜੀ, ਉਹਨਾਂ ਦੀ ਗੱਲ ਸਹੀ ਆ ਜੀ, ਉਹ ਦੁੱਧ 60 ਰੁਪਏ ਖਰੀਦਦੇ ਆ, 50 ਰੁਪਏ ਦੁੱਧ ਦਾ ਰੇਟ ਹੈ। ਦੇਖੋ, ਘਰਾਂ 'ਚ ਤਾਂ ਇਹੀ ਰੇਟ ਵਿਕਦਾ ਦੁੱਧ, ਭੋਲੇ ਭਾਲੇ ਲੋਕ ਨੇ, ਉਹਨਾਂ ਨੂੰ 60 ਰੁਪਏ ਵੀ ਮਿਲਦਾ, 70 ਵੀ ਮਿਲਦਾ, 60 ਵੀ, ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ। ਸਰ, ਜਦੋਂ ਅਸੀਂ ਦੁੱਧ ਖਰੀਦਦੇ ਹਾਂ ਆਪਾਂ ਦੁੱਧ ਨੂੰ ਚੈੱਕ ਕਰਕੇ ਫਿਰ ਖਰੀਦਦੇ ਹਾਂ। ਦੁੱਧ ਦੀ 2 ਫੈਂਟ ਵੀ ਆਉਂਦੀ ਆ, ਦੁੱਧ ਦੀ 3.0 ਫੈਂਟ ਵੀ ਹੁੰਦੀ ਆ, 3.5 ਵੀ, 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਹਾਂ। ਰਹੀ ਗੱਲ ਜਿਹੜਾ 60 ਰੁਪਏ ਕਿਲੋ ਦੁੱਧ ਵਾ, ਉਹ 50 ਰੁਪਏ ਕਿਲੋ ਦੁੱਧ ਵਾ, ਉਹ ਐਕਚੁਲੀ ਸਰ ਘਰਾਂ 'ਚ ਤਾਂ ਇਹੀ ਰੇਟ ਵਿਕਦਾ, ਪਰ ਜਿਹੜੇ ਡੇਅਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ, ਚਾਹੇ ਕਿ ਅਮੂਲ ਨੇ ਖਰੀਦਣਾ, ਚਾਹੇ ਵੇਰਕੇ ਨੇ ਖਰੀਦਣਾ, ਉਹਨਾਂ ਨੇ ਦੁੱਧ ਦੀ ਕੀਮਤ ਫੈਂਟ ਵੇਖ ਕੇ ਫਿਰ ਹੀ ਦੇਣੀ ਆ। ਦੁੱਧ ਵਿੱਚ 2 ਚੀਜ਼ਾਂ ਹੁੰਦੀਆਂ ਸਰ ਜੀ, ਇੱਕ ਹੁੰਦਾ ਉਹਦੇ ਵਿੱਚ ਪਟੀਨ, ਇੱਕ ਹੁੰਦਾ ਘਿਓ। ਹੁਣ ਜਿਹੜਾ 70 ਫੈਂਟ ਦਾ ਦੁੱਧ ਹੈ, ਉਹਦਾ ਤਾਂ ਸਰ ਪਨੀਰ ਬਣਾਉਣਾ ਨਹੀਂ ਕਿਸੇ ਨੇ, ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ, ਫਿਰ ਆਪਣਾ ਘਿਓ ਬਣਨਾ, ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਕੱਢਣੀ ਆ ਅੱਧੀ, ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ, ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਉਂਦੇ ਹਾਂ। ਪਨੀਰ ਬਣਦਾ ਸਰ ਜੀ 2 ਤਰ੍ਹਾਂ ਦਾ, ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬਣਦਾ। ਜਿਹੜਾ ਦੁੱਧ 7 ਫੈਂਟ ਦਾ ਚਾਹੇ 8 ਫੈਂਟ ਦਾ ਵਾ ਸਰ, ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਟ ਚਾਹੇ ਉਹਦੀ 2.5 ਫੈਂਟ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਉਂਦਾ ਪਲਾਂਟ ਦੇ ਵਿੱਚ, ਜਿੱਦਾਂ ਜਿੱਦਾਂ ਕਿਸੇ ਦੀ ਸੇਲ ਆ ਪਨੀਰ ਦੀ ਚਾਹੇ ਦਹੀਂ ਦੀ ਜਾਂ ਕਿੱਦਾਂ ਵੀ ਸੇਲ ਆ, ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਈਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ। ਉਹਦੇ ਵਿੱਚ ਜਿਹੜੇ ਬੈਕਟੀਰੀਆ ਸਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ, ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ, ਅਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਆ। ਇੱਕ ਪਨੀਰ ਬਣਦਾ 2.5 ਫੈਂਟ ਦਾ, ਇੱਕ ਬਣਦਾ 5 ਫੈਂਟ ਦਾ। ਨਹੀਂ ਸਰ, ਦੋਨੋਂ ਸਾਨੂੰ ਬਣਾਉਣੇ ਪੈਂਦੇ ਨੇ। ਸਰ, ਮੇਰੇ ਤਾਂ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਤਾਂ ਮੈਨੂੰ ਨਕਲੀ ਕਹਿੰਦਾ, ਇਹਨਾਂ ਨੂੰ ਹੱਕਦਾਰ ਨਹੀਂ ਬਣਦਾ। ਸਰ ਦੇਖੋ, ਮੈਂ ਬਰਫ ਬਾਹਰੋਂ ਤਾਂ ਖਰੀਦਦਾ ਨਹੀਂ, ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਵਾਲਾ ਮੈਨੂੰ ਸਰਟੀਫਿਕੇਟ ਦਿੱਤਾ, ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ, ਫਿਰ ਸਰ ਜਦੋਂ ਮੈਂ ਬਰਫ ਜਮਾਨਾ ਵਾਂ ਮੈਂ ਪੈਸਚਰਾਈਜ਼ ਪਾਣੀ ਨੂੰ ਕਰ ਲੈਂਦਾ।
ਪੈਸਚਰਾਈਜ਼ ਕਰਕੇ ਮੈਂ ਉਹਦੀ ਬਰਫ਼ ਜਮਾਉਣਾ ਅਤੇ ਫਿਰ ਮੈਂ ਪਨੀਰ ਨੂੰ ਲਾਉਣਾ। ਆਪਾਂ 2.5-3 ਫੈਂਟ ਦਾ ਦੁੱਧ ਜਿਹੜਾ ਖਰੀਦਦੇ ਹਾਂ ਨਾ, ਅਸੀਂ ਉਹਦਾ ਵੀ ਪਨੀਰ ਬਣਾਉਂਦੇ ਹਾਂ ਸਰ, ਉਹ 'ਚ ਕੋਈ ਪਾਪ ਨਹੀਂ ਹੈਗਾ। ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਵਾਰ ਵਾਰ ਕਰਾਂਗੇ 2.5 ਫੈਂਟ ਦਾ। ਜੇ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ, ਜੇ ਮੇਰੇ ਪਨੀਰ ਦੇ ਵਿੱਚੋਂ ਕੋਈ ਰਿਫਾਇੰਡ, ਕੋਈ ਪੋਇਮਾਈ, ਕੋਈ ਇੱਦਾਂ ਦੀ ਗਲਤ ਚੀਜ਼ ਨਿਕਲਦੀ ਆ, ਮੈਨੂੰ ਚੌਂਕ 'ਚ ਖਿਲਾਰ ਕੇ ਸਰ ਗੋਲੀ ਮਾਰ ਦਿਓ, ਮੈਨੂੰ ਕਬੂਲ ਆ, ਮੈਂ ਆਪਣੇ ਬਿਆਨ ਆਪ ਦੇ ਰਿਹਾ। ਮਾਂ ਦੁਰਗਾ ਡੈਰੀ ਦੇ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਜੇਕਰ ਉਹਨਾਂ ਦੇ ਪਨੀਰ ਦਾ ਸੈਂਪਲ ਫੇਲ ਹੁੰਦਾ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਭੁਗਤਣ ਲਈ ਤਿਆਰ ਹਨ, ਕਿਉਂਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਪਨੀਰ ਚੰਗੀ ਗੁਣਵੱਤਾ ਦਾ ਹੈ। ਉਸਨੇ ਦੱਸਿਆ ਕਿ ਉਸਦੀ ਫੈਕਟਰੀ ਵਿੱਚ ਰੋਜ਼ਾਨਾ 4,000 ਲੀਟਰ ਦੁੱਧ ਆਉਂਦਾ ਹੈ, ਜਿਸ ਵਿੱਚੋਂ ਉਹ 1 ਕੁਇੰਟਲ ਤੋਂ ਲੈ ਕੇ 10 ਕੁਇੰਟਲ ਪਨੀਰ ਤਿਆਰ ਕਰਦੇ ਹਨ ਅਤੇ ਇਹ ਸਭ ਮੰਗ 'ਤੇ ਨਿਰਭਰ ਕਰਦਾ ਹੈ। ਪੰਜਾਬ ਤੋਂ ਇਲਾਵਾ ਉਹਨਾਂ ਦੇ ਪਨੀਰ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਵੀ ਸਪਲਾਈ ਕੀਤੇ ਜਾਂਦੇ ਹਨ, ਪਰ ਅੱਜ ਤੱਕ ਕਿਧਰੋਂ ਵੀ ਕੋਈ ਸ਼ਿਕਾਇਤ ਨਹੀਂ ਆਈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਨੀਰ ਬਣਾਉਣ ਦੇ ਨਾਲ ਨਾਲ ਉਹ ਇਸ ਵਿੱਚ ਵਰਤੀ ਜਾਂਦੀ ਬਰਫ਼ ਨੂੰ ਵੀ ਫੈਕਟਰੀ ਵਿੱਚ ਤਿਆਰ ਕਰਦੇ ਹਨ। ਬਰਫ਼ ਬਿਲਕੁਲ ਸਾਫ਼ ਪਾਣੀ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਨੀਰ ਨੂੰ ਨਾ ਤਾਂ ਕਿਸੇ ਲਿਫਾਫੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਨਾ ਹੀ ਕਿਸੇ ਹੋਰ ਚੀਜ਼ ਵਿੱਚ। ਪਨੀਰ ਬਣਾਉਣ ਲਈ ਸਿਰਫ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ।